ਜ਼ਿਲ੍ਹਾ ਗੁਰਦਾਸਪੁਰ ਦੇ 26 ਸਾਲ ਦੇ ਨੌਜਵਾਨ ਨੇ ਸਾਊਦੀ ਅਰਬ ਵਿੱਚ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਡਿਪਰੈਸ਼ਨ ਦੇ ਵਿੱਚ ਆ ਕੇ ਉਹਨਾਂ ਦੇ ਪੁੱਤ ਨੇ ਅਜਿਹਾ ਕਦਮ ਚੁੱਕਿਆ। ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਂਸਦ ਸਨੀ ਦਿਆਲ ਨੂੰ ਉਹਨਾਂ ਦੇ ਬੇਟੇ ਦੀ ਲਾਸ਼ ਭਾਰਤ ਲਿਆਉਣ ਲਈ ਗੁਹਾਰ ਲਗਾਈ ਹੈ। ਨੌਜਵਾਨ ਅਮਨਦੀਪ ਨਿਊ ਸੰਤ ਨਗਰ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਇਸ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ, ਲੇਕਿਨ ਪਿਛਲੇ 1.5 ਮਹੀਨੇ ਤੋਂ ਪਤਨੀ ਪੇਕੇ ਵਿੱਚ ਰਹਿ ਰਹੀ ਸੀ, ਜਿਸ ਕਾਰਨ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਡਿਪਰੈਸ਼ਨ ਦੇ ਵਿੱਚ ਚੱਲ ਰਿਹਾ ਸੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਅਮਨਦੀਪ ਦੇ ਵੱਡੇ ਭਰਾ ਸਾਨੀ ਮਾਂ ਸਾਹਿਬਾ ਅਤੇ ਨਾਨਾ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ 8 ਸਾਲ ਪਹਿਲਾਂ ਸਾਊਦੀ ਅਰਬ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ ਸੀ। ਉੱਥੇ ਕਿਸੇ ਕੰਪਨੀ ਦੇ ਵਿੱਚ ਟਰੱਕ ਚਲਾਉਂਦਾ ਸੀ। 2 ਸਾਲ ਪਹਿਲਾਂ ਉਹ ਛੁੱਟੀ 'ਤੇ ਆਇਆ ਸੀ ਤਦ ਉਸ ਦਾ ਵਿਆਹ ਕੀਤਾ ਸੀ। ਉਹ ਬਹੁਤ ਖੁਸ਼ ਸੀ, ਲੇਕਿਨ ਪਿਛਲੇ 1.5 ਮਹੀਨੇ ਤੋਂ ਉਸ ਦੀ ਪਤਨੀ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ, ਜਿਸ ਕਾਰਨ ਉਹ ਡਿਪਰੈਸ਼ਨ ਦੇ ਵਿੱਚ ਸੀ। ਸਾਨੂੰ ਉਸ ਦੇ ਦੋਸਤ ਦਾ ਫੋਨ ਆਇਆ ਕਿ ਅਮਨਦੀਪ ਸਿੰਘ ਨੇ ਫੰਦਾ ਲਗਾ ਕੇ ਸੁਸਾਈਡ ਕਰ ਲਿਆ, ਜਿਸ ਦੇ ਬਾਅਦ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਪਿਤਾ ਦੀ ਕਰੀਬ 4 ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਕਿ ਉਹ ਬਹੁਤ ਹੀ ਗਰੀਬ ਹਨ। ਸਾਡੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਂਸਦ ਸਨੀ ਦਿਆਲ ਨੂੰ ਅਪੀਲ ਹੈ ਕਿ ਸਾਡੇ ਬੇਟੇ ਦੀ ਲਾਸ਼ ਸਾਊਦੀ ਅਰਬ ਤੋਂ ਭਾਰਤ ਲਿਆਂਦੀ ਜਾਵੇ ਤਾਂ ਕਿ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਲੜਕੇ ਦਾ ਤੇ ਕਿੰਨੀ ਦੇਰ ਪਹਿਲਾਂ ਬਾਹਰ ਗਿਆ ਸੀ? ਸਰ ਸਾਡੇ ਮੇਰੇ ਛੋਟਾ ਭਰਾ ਸੀਗਾ ਤੇ ਉਹਦਾ ਨਾਮ ਮਤਲਬ ਕਿ ਅਮਨਦੀਪ ਸੀਗਾ। ਸਰ ਕਿੰਨੀ ਦੇਰ ਪਹਿਲਾਂ ਗਿਆ ਸੀ? ਭਾਜੀ ਮਤਲਬ ਕਿ ਕੋਈ ਉਸ ਇੱਕ ਹੀ ਕੰਪਨੀ 'ਚ ਰਿਹਾ ਭਾਜੀ, ਕੋਈ 9 ਸਾਲ 8 ਜਾਂ 9 ਸਾਲ ਉਹਨੇ ਕੰਮ ਕੀਤਾ ਉਸ ਇੱਕ ਹੀ ਕੰਪਨੀ 'ਚ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਉਹਦੀ ਡੈਥ ਹੋ ਗਈ ਹੈ? ਹਾਂਜੀ ਸਰ, ਸਾਨੂੰ ਇਸ ਕਾਰਨ ਪਤਾ ਲੱਗਾ ਵੀ ਮਤਲਬ ਕਿ ਕੋਈ ਉਸ ਤੋਂ 5 ਦਿਨ ਪਹਿਲਾਂ ਨਾ ਮਤਲਬ ਕਿ ਸਾਡੀ ਕੁੜੀ ਦੀ ਡੈਥ ਹੋਈ ਹੈ, ਮੇਰੀ ਗੁੜੀਆ ਹੋਈ ਉਹਦੀ ਡੈਥ ਹੋਈ। ਉਸ ਤੋਂ ਕੋਈ ਮਤਲਬ ਕਿ 4 ਮਹੀਨੇ ਪਹਿਲਾਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਜੀ। ਉਹ ਫਾਦਰ ਸਾਹਿਬ ਦੀ ਆਪਾਂ ਫੋਟੋ ਲਗਾਈਏ ਉੱਥੇ, ਫਾਦਰ ਸਾਹਿਬ ਦੀ ਡੈਥ ਹੋ ਗਈ ਜੀ। ਸਾਨੂੰ ਤਾਂ ਆਹ ਵੀ ਨਹੀਂ ਸੋਚ ਭੁੱਲ ਲੈਂਦੇ ਹੈ ਨਾ, ਅਤੇ ਮਤਲਬ ਕਿ ਸਰ ਬਾਕੀ ਕੁਛ ਵੀ ਨਹੀਂ ਪਤਾ ਸਾਨੂੰ। ਮਤਲਬ ਕਿ ਰਾਤ 10:15 ਵਜੇ ਤੱਕ ਸਾਡੀ ਨਾਲ ਗੱਲ ਕੀਤੀ ਉਹਨਾਂ ਨੇ, ਬੜੀ ਸੋਹਣੀ ਗੱਲ ਕੀਤੀ ਆ, ਮੇਰੀ ਗੁੜੀ ਨਾਲ ਗੱਲ ਕੀਤੀ ਆ, ਆਪਣੇ ਜੀਆਂ ਨਾਲ ਗੱਲ ਕੀਤੀ ਆ, ਸਾਰਿਆਂ ਨਾਲ ਕੀਤੀ ਆ, ਕੌਨਫਰੈਂਸ ਗੱਲ ਕੀਤੀ ਆ, ਆਪਾਂ ਬੜੀ ਮਤਲਬ ਕਿ ਕੋਈ ਉਹੋ ਜਿਹੀ ਗੱਲਬਾਤ ਨਹੀਂ ਇਹਨਾਂ ਨਾਲ। ਕਿੰਨੀ ਏਜ ਸੀ ਇਹਨਾਂ ਦੀ? ਹਾਂਜੀ ਮਤਲਬ ਵੀ ਭਾਜੀ ਕੋਈ 26-27 ਸਾਲ ਦੇ ਮੇਰੇ ਵਿੱਚ ਵਿੱਚ ਹੈਗਾ। ਮੈਰਿਡ ਸੀ? ਹਾਂ ਮੈਰਿਡ ਸੀਗਾ ਜੀ। ਪਤਾ ਚੱਲ ਕਤਲਿਆ ਕਾਰਨਾਂ ਦਾ ਵੀ ਕਿਸ ਨਹੀਂ ਭਾਈ, ਸਾਨੂੰ ਕੁਛ ਨਹੀਂ ਪਤਾ ਇਸ ਗੱਲ ਦਾ, ਕੁਛ ਨਹੀਂ ਪਤਾ ਸਾਨੂੰ। ਕੋਈ ਕੀ ਮੰਗ ਕਰਦੇ ਹੋ ਤੁਸੀਂ ਸਾਡੇ? ਅਸੀਂ ਤਾਂ ਬਸ ਇਹੀ ਮੰਗ ਕਰਨੇ ਆ ਵੀ ਜਿੱਡੀ ਛੱਡੀ ਹੋ ਸਕਦਾ ਭਾਜੀ, ਮਤਲਬ ਵੀ ਸਾਡਾ ਨਾ ਬਸ ਭਰਾ ਸਾਡਾ ਘਰ ਆ ਜਾਏ। ਗੱਲ ਹੋਈ ਸੀ ਫੋਨ 'ਤੇ ਉਹਦੇ ਨਾਲ? ਮੈਂ ਗੱਲਾਂ ਮੰਗਲਵਾਰ ਰਾਤ ਕੀਤੀਆਂ, ਦੱਸ ਰਹੇ ਲੋਕਾਂ ਨੇ ਕੋਈ ਗਲਤੀ ਘਰ ਨਹੀਂ ਕੀਤੀ, ਮੁੜਕੇ ਨੇ ਆਸ ਗੱਲਾਂ ਕਰਦਾ ਜੀ, ਮੇਰੇ ਨਾਲ ਕੁੜੀਆਂ ਨਾਲ ਗੱਲਾਂ ਕੀਤੀਆਂ ਨਾ, ਕੀ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ? ਸਾਡਾ ਬੱਚਿਆਂ ਦਾ ਜਲਦੀ ਜਲਦੀ ਵਾਪਸ ਆਉਣਾ ਚਾਹੀਦਾ, ਕਿ ਜਿੰਨੀਆਂ ਵੀ ਜਥੇਬੰਦੀਆਂ ਨੇ, ਜਿੰਨੀਆਂ ਵੀ ਸਰਕਾਰਾਂ ਨੇ, ਉੱਧਰ ਦੀਆਂ ਵੀ ਅਤੇ ਇੱਧਰ ਦੀਆਂ ਵੀ, ਉਹਨਾਂ ਅੱਗੇ ਵੀ ਇਹੋ ਬੇਨਤੀ ਕਰਨੇ ਆ ਕਿ ਜਲਦੀ ਜਲਦੀ ਵਾਪਸ ਸਾਨੂੰ ਹੋਰ ਕੁਛ ਨਹੀਂ। ਕਿੰਨੇ ਚਿਰ ਦਾ ਸੀ? 26 ਸਾਲ ਦੀ ਉਮਰ ਸੀ ਜੀ। ਕੀ ਕਰਦਾ ਸੀ ਉੱਧਰ? ਉੱਧਰ ਕਹਿੰਦੇ ਤਾਂ ਉਹ ਮਤਲਬ ਆਮ ਹੀ ਕੰਮ ਕਰਦਾ ਸੀ, ਫਿਰ ਉਹ ਡਰਾਈਵਰ ਬਣ ਗਿਆ, ਉਹ ਟਰੈਲਾ ਚਲਾਉਣ ਲੱਗ ਪਿਆ। ਐਪ ਤੀ ਕਹਿੰਦੇ ਨੇ ਵੀ ਉਹਨਾਂ ਨੂੰ ਬੱਸ ਜਿਹੜੀ ਨਾ ਸਕੂਲ ਦੀ ਉਹਦੀ ਚਲਾ ਪਾਉਂ, ਬੱਸ ਚਲਾਉਂਦਾ ਸਕੂਲ ਦੀ। ਅਤੇ ਮੈਨੂੰ ਬੜੇ ਵਾਰੀ ਚਾਹੀਦਾ ਪੁੱਤਰ ਤੂੰ ਆ ਜਾ ਘਰ ਤੋਂ ਆ ਹੁਣ, ਅਤੇ ਕਹਿੰਦਾ ਜੀ ਯਾਰ 2-3 ਰੁਪਏ ਜ਼ਿਆਦਾ 2-3 ਮਹੀਨੇ ਇੱਦਾਂ ਆਇਆ ਤਾਂ ਮੇਰਾ 1 ਲੱਖ ਰੁਪਇਆ ਕਿਰਾਇਆ ਲੱਗਣਾ, ਅਤੇ ਉੱਦਾਂ ਮਾਂ ਮੈਂ ਮੈਨੂੰ ਉਹਦੇ ਵੱਲੋਂ ਕੰਪਨੀ ਵੱਲੋਂ ਮੈਨੂੰ ਟਿਕਟ ਵੀ ਮਿਲ ਜਾਣੀ ਆ, ਆਉਣ ਦੀ ਵੀ ਤਾਂ ਜਾ, ਅਤੇ ਮੈਂ ਉਦੋਂ ਹੀ ਆਵਾਂਗਾ, ਤੁਸੀਂ ਘਬਰਾਉਣਾ ਪਿੱਛੇ ਗੱਲ, ਮੈਂ ਆਇਆ ਹੀ ਆਇਆ ਕੋਈ ਗੱਲ ਨਹੀਂ। ਮੈਂ ਚੱਲ ਠੀਕ ਆ ਪੁੱਤਰ ਤੂੰ ਆ ਜਾ, ਮੈਂ ਜਲਦੀ ਤੋਂ ਜਲਦੀ ਆ ਜਾ, ਮੈਂ ਠੀਕ ਆ ਮੈਂ ਬਾਈਕ ਇੱਥੇ ਮੈਂ ਆ ਕੇ ਦਿਹਾੜੀਆਂ ਕਰ ਲਈ ਜਾਂ ਕੀ ਪੁੱਤੋਂ ਅਜੇ 4-5 ਮਹੀਨੇ ਦਾ ਪਿੱਛਾ ਪੂਰਾ ਆਇਆ ਜਵਾਈ ਮੇਰੇ, ਅਤੇ ਉਹ ਵੀ ਦੇ ਜਵਾਨ ਦੇਖੋ ਜਵਾਨ ਚੱਕਦਾ ਜੀ ਕਿਸ ਤਰ੍ਹਾਂ ਦਾ, ਹਾਂਜੀ ਸਾਨੂੰ ਉਹ ਨਹੀਂ ਭੁੱਲਿਆ ਜੇ ਕੋਈ ਗੁੜੀਆ ਸਾਡੇ ਘਰ ਹੋਈ ਮੁਖੀ ਦੇ ਬੇਟੀ ਦੇ ਘਰ, ਚੰਗੀ ਭਲੀ ਸਿਹਤ ਵੀ ਚੰਗੀ ਸੋਹਣੀ ਰੱਜ ਕੇ, ਉਹ ਵੀ ਵਿਚਾਰੀ ਆ 10-12 ਸਾਲ 8-9 ਦਿਨ ਉਹ ਵਿਚਾਰੀ ਸੀਗੀ, ਉਹ ਉਹਨੇ ਇਹ ਦੁੱਖ ਸਾੜ ਗਏ। ਤੁਹਾਨੂੰ ਕਿੱਦਾਂ ਇਨਫੋਰਮੇਸ਼ਨ ਮਿਲੀ ਕਿ ਬੇਟੇ ਦੀ ਡੈਥ ਹੋ ਗਈ? ਸਾਨੂੰ ਜੀ ਪਹਿਲੇ ਤਾਂ ਇਹੋ ਹੀ ਆਈ ਸੀ ਵੀ ਅਸੀਂ ਤਾਂ ਮਨਾਇਆ ਕਰਦੇ 5 ਦਿਨ ਕੁੜੀ ਦੇ, ਲੜਕੀ ਤਾਂ 5 ਦਿਨ ਮਨਾਉਣੇ ਸੀ, ਅਸੀਂ ਤਾਂ 5 ਦਿਨ ਮਨਾਇਆ ਕਰਦੇ ਸੀ, ਅਤੇ ਉੱਥੋਂ ਸਾਨੂੰ ਫੋਨ ਆਇਆ ਕਿੰਨਾ ਵੀ ਉਹ ਥੋੜ੍ਹੀ ਤੇਰੀ ਡੈਥ ਰੁਕਾ ਲੱਗੀ, ਉਹਨੂੰ ਐਕਸੀਡੈਂਟ ਹੋ ਗਿਆ। ਅਸੀਂ ਚੱਲ ਕੋਈ ਬਹੁਤੀ ਲੱਗੀ, ਕਹਿੰਦੇ ਬਹੁਤੀ ਲੱਗੀ ਥੋੜ੍ਹੀਆਂ ਲੱਗੀ ਆ, ਮੈਂ ਕਿਹਾ ਠੀਕ ਆ ਜੀ। ਉਸ ਤੋਂ ਬਾਅਦ 15-20 ਮਿੰਟਾਂ ਦੇ ਬਾਅਦ ਹੀ ਫੋਨ ਆ ਗਿਆ ਕਿ ਉਹਦੀ ਡੈਥ ਹੋ ਗਈ, ਸਾਨੂੰ ਇਹ ਨਹੀਂ ਪਤਾ ਵੀ ਉਹ
ਐਕਸੀਡੈਂਟ ਹੋਇਆ ਵੀ ਜਾਂ ਪਤਾ ਨਹੀਂ ਕੀ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਅੱਜ ਤੱਕ। ਹਾਂਜੀ ਬਾਕੀ ਉਹਦੇ ਜਿਹੜੇ ਸਹੁਰੇ ਉਹਨਾਂ ਦੇ ਵਿੱਚੋਂ ਕੋਈ ਵੀ ਨਾ ਉਹ ਲੜਕੀ ਸਾਡੇ ਘਰ ਆਈ ਆ, ਉਹਦਾ ਪਿਤਾ ਆਇਆ ਸੀ ਉਹਦੀ ਮੇਰੇ ਕੋਲ ਉੱਥੇ ਪਰੀ ਸਾਡੇ ਡੇਰਾ ਮਰੀ ਉੱਥੇ ਫੋਨ ਕੇ ਲੱਗਾ ਕਿ ਕੀ ਗੱਲ ਦੁਕਾਨ ਤੋਂ ਅੱਜ ਦੁਕਾਨ ਨਹੀਂ ਲਾਈ ਇਹ। ਮੈਂ ਕਿਹਾ ਦੁਕਾਨ ਮੈਂ ਮੂੰਹਾਂ ਦੇਖ ਲੱਗ ਗਿਆ ਅੰਦਰ ਕਹਿੰਦੀ ਇਹ ਗੱਲ ਕੀ ਕਰਦਾ। ਹਾਂਜੀ ਉਸ ਤੋਂ ਬਾਅਦ ਘਰ ਆਇਆ ਤਾਂ ਕਹਿੰਦੇ ਦਰੀਆਂ ਵਿਛਾਈ ਦੀਆਂ ਕੀ ਆ ਇੱਥੇ ਤੁਹਾਡੇ ਘਰ ਕੀ ਹੋਇਆ ਐਨੀ ਗੱਲ ਕਹਿ ਦਿੱਤੀ ਵਾਪਸ। ਉਸ ਤੋਂ ਬਾਅਦ ਉਹਨਾਂ ਦੇ ਕੋਈ ਨਹੀਂ ਆਇਆ, ਬਾਕੀ ਹੋਰ ਉਹਦੇ ਜਿਹੜੇ ਆ ਸਿੱਖੀ ਸਰਬੰਧੀ ਉਹ ਆਏ ਕਰਦੇ ਅਫਸੋਸ ਕਰਨ ਵਾਲੇ। ਹਾਂਜੀ ਔਰ ਅਸੀਂ ਇਹੋ ਬੇਨਤੀ ਕਰਨੀ ਆ ਜੀ ਵੀ ਸਾਨੂੰ ਜਲਦੀ ਤੋਂ ਜਲਦੀ ਇਨਸਾਫ ਮਿਲਣ ਲੱਗਿਆ ਗਾ, ਇਨਸਾਫ ਵੀ ਉਹ ਵਾਪਸ ਆਉਣਾ ਚਾਹੀਦਾ ਘਰ ਇਨਸਾਫ ਅਤੇ ਅੱਗੇ ਕੁਛ ਅਤੇ ਉਹਨਾਂ ਨੇ ਜੋ ਲਿਖਣਾ ਉਹੀ ਹੋਣਾ ਅਤੇ ਜੋ ਇੱਥੋਂ ਦੇ ਕਰਨਗੇ ਉਹੀ ਹੋਣਾ। ਸਾਨੂੰ ਇਹ ਆ ਵੀ ਬੱਚਾ ਸਾਡਾ ਵਾਪਸ ਅੱਜ ਜਲਦੀ ਤੋਂ ਜਲਦੀ ਆਵੇ। ਬਸ ਬਸ ਆਵਾਜ਼ੀ ਕੌਮ ਟੀਵੀ ਲਈ ਗੁਰਦਾਸਪੁਰ ਤੋਂ ਪੱਤਰਕਾਰ ਸਤਵਿੰਦਰ ਸਿੰਘ ਦੀ ਰਿਪੋਰਟ।